ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਇੱਥੇ ਸਥਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਇਆ ਗਿਆ। ਗੁਰਦੁਆਰਾ ਸਾਹਿਬ 'ਚ ਤਖ਼ਤ 'ਚ ਕੀ ਫਰਕ ਹੁੰਦਾ ਹੈ? ਤਖ਼ਤ ਦੇ ਉੱਤੇ ਸਿਰਫ ਗੁਰਸਿੱਖ ਦੀ ਅਰਦਾਸ ਹੋ ਸਕਦੀ ਹੈ, ਪਰ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਜਿਹੜਾ ਪਤ ਆ ਉਹਦੀ ਅਰਦਾਸ ਤਖ਼ਤ 'ਤੇ ਨਹੀਂ ਹੋ ਸਕਦੀ। ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਜਿਸ ਥਾਂ 'ਤੇ ਗੁਰੂ ਸਾਹਿਬ ਜੀ ਨੇ ਪ੍ਰਕਾਸ਼ ਲਿਆ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪੂਰਬ ਅਸਾਮ ਦੀ ਦੇਸ਼ ਦੀ ਯਾਤਰਾ 'ਤੇ ਜਾ ਰਹੇ ਹਨ, ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ ਨਾਲ ਹਨ, ਅਤੇ ਇਸ ਸਥਾਨ 'ਤੇ ਉਹਨਾਂ ਨੂੰ ਛੱਡ ਕੇ ਗੁਰੂ ਸਾਹਿਬ ਅੱਗੇ ਚਲੇ ਜਾਂਦੇ ਹਨ। ਮਾਤਾ ਗੁਜਰੀ ਜੀ ਦੇ ਕੁੱਖੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦਾ ਇੱਥੇ ਪ੍ਰਕਾਸ਼ ਹੁੰਦਾ। ਇਹ ਹੈ ਜੀ ਸਿੱਖਾਂ ਦਾ ਦੂਜਾ ਤਖ਼ਤ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ, ਦਰਸ਼ਨ ਕਰਾਏ, ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ। ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਭਵ ਲਇਓ, ਇਹ ਗੁਰੂ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਇਹ ਲਿਖ ਦਿੱਤਾ। ਇੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਅਤੇ ਉੱਧਰ ਪੰਜਾਬ ਵਿੱਚ ਭੀਖਣ ਸ਼ਾਹ ਜੀ ਜਿਹੜੇ ਸਵੇਰੇ ਉੱਠ ਕੇ ਨਮਾਜ਼ ਜਦੋਂ ਪੜ੍ਹਦੇ ਆ ਤਾਂ ਪੱਛਮ ਵੱਲ ਨੂੰ ਸਿਜਦਾ ਕਰਦੇ ਆ। ਅੱਜ ਉਹਨਾਂ ਦੇ ਮੁਰੀਦਾਂ ਦੀ ਹੈਰਾਨੀ ਨਾ ਰਹੀ ਜਦੋਂ ਉਹਨਾਂ ਨੇ ਪੂਰਬ ਵੱਲ ਨੂੰ ਸਿਜਦਾ ਕਰਨਾ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਜਿਹੜਾ ਪਟਨਾ ਸਾਹਿਬ ਹੈ ਪੂਰਬ ਵੱਲ ਨੂੰ ਆ, ਅਤੇ ਜਦੋਂ ਪੁੱਛਦੇ ਜੀ ਅੱਜ ਤੁਸੀਂ ਇਹ ਕੀ ਅਣਹੋਣੀ ਗੱਲ ਕੀਤੀ ਕਿ ਤੁਸੀਂ ਪੂਰਬ ਵੱਲ ਨੂੰ ਸਿਜਦਾ ਕੀਤਾ, ਤਾਂ ਉਸ ਵੇਲੇ ਭੀਖਣ ਸ਼ਾਹ ਜੀ ਕਹਿੰਦੇ ਕਿ ਅੱਜ ਪਰਮੇਸ਼ਰ ਜਿਹੜਾ ਵਾ ਉਹ ਜਿਹੜਾ ਅੱਲਾ ਜਿਸ ਨੂੰ ਅਸੀਂ ਬੰਦਗੀ ਕਰਦੇ ਹੁੰਦੇ ਹਾਂ ਉਹ ਅੱਜ ਪਟਨੇ ਦੇ ਵਿੱਚ ਪ੍ਰਗਟ ਹੋਇਆ ਵਾ। ਉੱਥੋਂ ਫਿਰ ਚੱਲ ਪੈਂਦੇ ਉਸੇ ਵੇਲੇ ਦਰਸ਼ਨ ਕਰਨ ਨੂੰ। ਗੁਰੂ ਤੇਗ ਬਹਾਦਰ ਜੀ ਇੱਥੇ ਨਹੀਂ ਹਨ, ਅਤੇ ਮਾਤਾ ਗੁਜਰੀ ਜੀ ਕੋਸ਼ਿਸ਼ ਕਰਦੇ ਹਨ ਕਿ ਸਾਹਿਬਜ਼ਾਦੇ ਨੂੰ ਹਰ ਵੇਲੇ ਨਾ ਬਚਾ ਕੇ ਰੱਖਿਆ ਜਾਵੇ। ਉਸ ਸਮੇਂ ਦੀ ਸਿਚੁਏਸ਼ਨ ਇੱਦਾਂ ਦੀ ਸੀਗੀ ਕਿ ਆਮ ਮਿਲ ਨਹੀਂ ਸੀ ਦਿੰਦੇ, ਪਰ ਭੀਖਣ ਸ਼ਾਹ ਜੀ ਬਹੁਤ ਜ਼ਿੱਦ ਕਰਦੇ ਕਿ ਅਸੀਂ ਦਰਸ਼ਨ ਕੀਤੇ ਤੋਂ ਬਿਨਾਂ ਨਹੀਂ ਜਾਣਾ। ਫਿਰ ਮਾਮਾ ਕਿਰਪਾਲ ਚੰਦ ਜੀ ਦਰਸ਼ਨ ਕਰਾਉਂਦੇ ਹਨ। ਜਦੋਂ ਗੁਰੂ ਸਾਹਿਬ ਨੂੰ ਬਾਹਰ ਲੈ ਕੇ ਆਉਂਦੇ ਹਨ, ਭੀਖਣ ਸ਼ਾਹ ਜੀ ਗੁਰੂ ਸਾਹਿਬ ਦੇ ਅੱਗੇ ਦੋ ਕਟੋਰੀਆਂ ਲੈ ਕੇ ਆਉਂਦੇ ਆ ਕਿ ਜਿਹੜੀ ਕਟੋਰੀ 'ਤੇ ਗੁਰੂ ਸਾਹਿਬ ਰੱਖਣਗੇ ਹੱਥ, ਹਿੰਦੂਆਂ ਦੇ ਗੁਰੂ ਹੋਣਗੇ ਜਾਂ ਇਹ ਮੁਸਲਮਾਨਾਂ ਦੇ ਪੀਰ ਹੋਣਗੇ। ਤਾਂ ਗੁਰੂ ਸਾਹਿਬ ਉਸ ਵੇਲੇ ਜਿਹੜੇ ਉਹ ਦੋਨਾਂ ਨੂੰ ਕਟੋਰੀਆਂ ਨੂੰ ਰੋੜ ਦਿੰਦੇ ਔਰ ਦੋਨਾਂ ਨੂੰ ਮਿਕਸ ਕਰ ਦਿੰਦੇ ਆ। ਭੀਖਣ ਸ਼ਾਹ ਜੀ ਸਮਝ ਜਾਂਦੇ ਆ ਕਿ ਇਹ ਸਾਰਿਆਂ ਨੂੰ ਇੱਕ ਕਰਨ ਆਏ ਹਨ, ਇਹ ਸਿਰਫ ਇੱਕ ਦੀ ਗੱਲ ਕਰਨਗੇ, ਉਸ ਪਰਮੇਸ਼ਰ ਨਾਲ ਜੁੜਨਗੇ, ਔਰ ਇਹ ਜਿਹੜਾ ਇਹ ਨਹੀਂ ਕਿ ਇਹਨਾਂ ਦੋਵਾਂ ਨੂੰ ਜਿਹੜਾ ਵਾ ਇਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਜ਼ਿਆਦਾ ਗੱਲ ਕਰਨਗੇ। ਇਸ ਸਥਾਨ 'ਤੇ ਮਹਾਰਾਜ ਨੇ ਆਪਣੇ ਤਕਰੀਬਨ ਪਹਿਲੇ ਜਿਹੜੇ ਆ 6-7 ਸਾਲ ਬਤੀਤ ਕੀਤੇ ਹਨ। ਇੱਥੇ ਦਾ ਇਨਵਾਇਰਮੈਂਟ ਜੋ ਗੁਰੂ ਹੋਣਾ ਚਾਹੀਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਵੇ ਉੱਦਾਂ ਹੀ ਆ। ਮਹਾਰਾਜ ਕਹਿੰਦੇ ਵੀ ਪਰਮੇਸ਼ਰ ਨੇ ਸਾਨੂੰ ਆਪਣਾ ਪੁੱਤ ਬਣਾ ਕੇ ਇੱਥੇ ਭੇਜ ਦਿੱਤਾ। ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚਰ ਕਰਬੇ ਕੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਮ ਅਤੇ ਲੋਕ ਹਟਾਏ। ਇਹ ਉਹਨਾਂ ਦੀ ਡਿਊਟੀ ਲੱਗੀ ਪਰਮੇਸ਼ਰ ਕੋਲੋਂ, ਅਕਾਲ ਪੁਰਖ ਪਰਮੇਸ਼ਰ ਵੱਲੋਂ ਗੁਰ ਪਰਮੇਸ਼ਰ ਦੀ ਡਿਊਟੀ ਲੱਗੀ ਆ। ਅਤੇ ਗੁਰੂ ਸਾਹਿਬ ਕਹਿੰਦੇ ਇਸ ਕਰਕੇ, ਇਸ ਕਾਰਨ ਪ੍ਰਭ ਮੋਹੇ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ, ਜਿਮ ਤਿੰਨ ਕਹੀ ਤਿਮੈ ਤਿਮ ਕਹੋਂ, ਔਰ ਕਿਸੇ 'ਤੇ ਬੈਰ ਨਾ ਗਹੋਂ। ਕਹਿੰਦੇ ਜਿਹੜੇ ਕਿਸੇ ਦੇ ਉੱਤੇ ਜ਼ੁਲਮ ਕਰਦੇ ਹਨ ਮੈਂ ਉਹਨਾਂ ਨੂੰ ਹੀ ਕਹਾਂਗਾ ਕੁਛ, ਜਿਹੜੇ ਦੂਜੇ ਆ ਉਹਨਾਂ ਨੂੰ ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ। ਅਤੇ ਹੋਇਆ ਵੀ ਇੱਦਾਂ, ਗੁਰੂ ਸਾਹਿਬ ਨੇ ਆਪਣੀ ਸਾਰੀ ਆਯੂ ਦੇ ਵਿੱਚ ਕਦੀ ਕਿਸੇ ਦੇ ਉੱਤੇ ਚੜ੍ਹ ਕੇ ਨਹੀਂ ਗਏ,
ਹਰ ਵੇਲੇ ਦੀਨ ਦੁਖੀ ਦੀ ਰੱਖਿਆ ਕੀਤੀ। ਉਹਦੇ ਬਦਲੇ ਹੀ ਸਾਡੇ ਤੋਂ ਚਾਹੇ ਪੁੱਤਰ ਵਾਰ ਨੇ ਹੋਣ, ਉਹ ਸਾਡੇ ਤੋਂ ਕੀਤਾ। ਗੁਰੂ ਸਾਹਿਬ ਨੇ ਕਿਹਾ, ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੋਕੋ ਦਾਸ ਤਵਨ ਕਾ ਜਾਨੋ, ਜਾ ਮੈਂ ਭੇਦ ਨਾ ਰੰਚ ਪਛਾਨੋ। ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਮੈਂ ਉਸ ਪਰਮੇਸ਼ਰ ਦਾ ਦਾਸ ਹਾਂ। ਵੇਖੋ ਪਰਮੇਸ਼ਰ ਨਿਮਰਤਾ ਕਿੰਨੀ ਕਿ ਪਰਮੇਸ਼ਰ ਨੇ ਆਪਣਾ ਪੁੱਤ ਬਣਾ ਕੇ ਭੇਜਿਆ। ਗੁਰੂ ਸਾਹਿਬ ਆਪਣੇ ਆਪ ਨੂੰ ਦਾਸ ਕਹੀ ਜਾਂਦੇ ਆ। ਪਰਮੇਸ਼ਰ ਜਦੋਂ ਗੁਰੂ ਸਾਹਿਬ ਕਹਿੰਦੇ ਠਾਠ ਪਇਓ ਮੈਂ ਜ਼ੋਰ ਕਰ, ਬਚਨ ਕਹਾ ਸਰਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ, ਤਾਂ ਪਰਮੇਸ਼ਰ ਨੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਆਪਣਾ ਪੁੱਤ ਬਣਾ ਕੇ ਭੇਜਿਆ ਪਰਮੇਸ਼ਰ ਜੀ ਕਹਿੰਦੇ। ਪਰ ਗੁਰੂ ਸਾਹਿਬ ਕੀ ਕਹਿੰਦੇ ਆ, ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜੋ ਪ੍ਰਭ ਜਗਤ ਕਹਾ ਸੋ ਕਹਾਂ ਹੋ, ਮਿਰਤ ਲੋਕ ਤੇ ਮੋਨ ਨਾ ਰਹੇ ਹੋ। ਇੱਥੇ ਗੁਰੂ ਸਾਹਿਬ ਨਾਲ ਰਿਲੇਟਡ ਬਹੁਤ ਹੀ ਵਸਤਾਵਾਂ, ਥੱਲੇ ਭੋਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਨਾਲ ਉਹ ਖੂਹ ਹੈ ਜਿਹੜਾ ਮਾਤਾ ਗੁਜਰੀ ਜੀ ਦੇ ਖੂਹ ਕਰਕੇ ਜਾਣਿਆ ਜਾਂਦਾ ਹੈ। ਇੱਥੇ ਗੁਰੂ ਸਾਹਿਬ ਜੀ ਦਾ ਇੱਕ ਚੋਲਾ ਸਾਹਿਬ ਜਿਹੜਾ ਤਕਰੀਬਨ 15-16 ਸਾਲ ਦੀ ਆਯੂ ਵਿੱਚ ਪਹਿਨਦੇ ਸੀਗੇ, ਉਹ ਕਿਸੇ ਪਰਿਵਾਰ ਕੋਲ ਸੀਗਾ ਅਤੇ ਉਹ ਪਰਿਵਾਰ ਪਾਕਿਸਤਾਨ ਵੱਲੋਂ ਇੱਧਰ ਆਇਆ। ਉਹ ਫਿਰ ਜਦੋਂ ਪਰਿਵਾਰ ਦੇ ਜੀ ਕੁਛ ਚੜ੍ਹਾਈ ਕਰ ਗਏ ਅਤੇ ਅੱਗੇ ਔਲਾਦ ਨੇ ਜਿਹੜਾ ਉਹਨੂੰ ਭੇਟ ਕਰ ਦਿੱਤਾ, ਹੌਲੀ ਹੌਲੀ ਉਹ ਚੋਲਾ ਸਾਹਿਬ ਤੱਕ ਸਾਹਿਬ ਪਹੁੰਚ ਗਿਆ। ਇਸ ਵੇਲੇ ਸੰਗਤਾਂ ਉਹਦੇ ਦਰਸ਼ਨ ਕਰਦੀਆਂ ਹਨ। ਮਹਾਰਾਜ ਦੇ ਤੀਰ, ਮਹਾਰਾਜ ਦੇ ਹੋਰ ਸ਼ਸਤਰ, ਪਿਆਰੇ ਪਿਆਰੇ ਛੋਟੇ ਛੋਟੇ ਸ਼ਸਤਰ ਇੱਥੇ ਸੁਸ਼ੋਭਿਤ ਹਨ। ਇੱਥੇ ਲੰਗਰ, ਪ੍ਰਸ਼ਾਦਾ, ਰਿਹਾਇਸ਼, ਸਰਾਵਾਂ, ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈ। ਇਹ ਪਟਨਾ ਜਿਹੜਾ ਸ਼ਹਿਰ ਸੀਗਾ, ਇਹਨੂੰ ਪਾਟਲੀ ਪੁੱਤਰ ਕਰਕੇ ਵੀ ਜਾਣਿਆ ਜਾਂਦਾ ਸੀ। ਇੱਥੇ ਮਹਾਤਮਾ ਬੁੱਧ ਜੀ ਵਰਗੇ, ਗੁਰੂ ਨਾਨਕ ਦੇਵ ਸਾਹਿਬ ਜੀ ਫਿਰ ਇੱਥੇ ਆਏ। ਇਹ ਅਸਥਾਨ ਜਿਹੜਾ ਸੀ, ਸਾਲਸ ਰਾਏ ਜੌਹਰੀ ਦਾ ਘਰ ਸੀਗਾ, ਹਵੇਲੀ ਸੀਗੀ, ਔਰ ਇੱਥੇ ਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਪਏ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਪਏ, ਔਰ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਇੱਥੇ ਉਹ ਡਿਉੜੀ ਅਜੇ ਵੀ ਹੈ ਜਿਸ ਦੇ ਵਿੱਚੋਂ ਪਹਿਲੀ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਐਂਟਰ ਕੀਤੇ ਸੀਗੇ। ਇੱਥੇ ਦੀ ਜਿਹੜੀ ਸੇਵਾ ਸੀ, ਉਹ ਸਾਲਸ ਰਾਏ ਪਰਿਵਾਰ ਦੀ ਹਵੇਲੀ ਸੀਗੀ। ਫਿਰ ਹੌਲੀ ਹੌਲੀ ਜਿਹੜਾ ਵਾ ਇੱਥੇ ਸਥਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਇਆ ਗਿਆ 1924 ਦੇ ਕਰੀਬ। ਫਿਰ ਇੱਥੇ ਭੁਚਾਲ ਆਉਣ ਨਾਲ ਇਸ ਬਿਲਡਿੰਗ ਦਾ ਨੁਕਸਾਨ ਹੋ ਗਿਆ ਸੀ। ਉਸ ਤੋਂ ਬਾਅਦ 'ਚ ਫਿਰ ਫੂਲਕਿਆਂ ਦੇ ਕੋਈ ਪਰਿਵਾਰ ਸੀ ਜਿਨ੍ਹਾਂ ਨੇ ਇੱਥੇ ਦੀ ਸਥਾਨ ਦੀ ਸੇਵਾ ਕਰਾਈ, ਔਰ ਅੱਜ ਬਹੁਤ ਹੀ ਸੋਹਣਾ ਸਥਾਨ, ਰਮਣੀਕ, ਆਨੰਦਮਈ, ਜਿੱਥੇ ਆ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਹਰ ਖੁਸ਼ੀ ਮਿਲਦੀ ਹੈ, ਉੱਥੇ ਦਰਸ਼ਨ ਹੋ ਰਹੇ ਹਨ। ਸੰਗਤ ਜੀ, ਇੱਕ ਗੁਰਦੁਆਰਾ ਸਾਹਿਬ 'ਚ ਤਖ਼ਤ 'ਚ ਕੀ ਫਰਕ ਹੁੰਦਾ ਹੈ? ਤਖ਼ਤ ਦੇ ਵਿੱਚ ਜਿਹੜਾ ਵਾ ਤਖ਼ਤ ਹੁੰਦਾ ਵਾ, ਉੱਥੋਂ ਸਿੱਖ ਕੌਮ ਲਈ ਧਾਰਮਿਕ ਅਤੇ ਰਾਜਸੀ ਫੈਸਲੇ ਲਏ ਜਾ ਸਕਦੇ ਹਨ। ਆਮ ਤੌਰ 'ਤੇ ਜਿਹੜਾ ਸਾਡੇ ਤਖ਼ਤ ਸਾਹਿਬ, ਸਭ ਤੋਂ ਮੇਨ ਪਹਿਲਾ ਤਖ਼ਤ ਜਿਹੜਾ ਅਕਾਲ ਤਖ਼ਤ ਸਾਹਿਬ ਆ, ਉੱਥੋਂ ਫੈਸਲੇ ਲਏ ਜਾਂਦੇ ਹਨ। ਪਰ ਉੱਥੇ ਫਿਰ ਇੱਥੋਂ ਦੇ ਜਥੇਦਾਰ ਜਾਂ ਹਜ਼ੂਰ ਸਾਹਿਬ ਦੇ ਜਥੇਦਾਰ ਵੀ ਹੁੰਦੇ ਹਨ ਕਿ ਉਹ ਰਲ ਕੇ ਪੰਥ ਦੇ ਉੱਤੇ ਕੋਈ ਭੀੜ ਬਣੇ, ਕੋਈ ਉਹ ਸਮਾਂ ਆ ਜਾਵੇ ਜਿਹੜੀ ਚੀਜ਼ ਅੱਗੇ ਨਾ ਹੋਈ ਹੋਵੇ, ਜਿਹੜੀ ਮਰਿਆਦਾ 'ਚ ਨਾ ਹੋਵੇ ਅੰਕਿਤ, ਅਤੇ ਉਹਦੇ ਲਈ ਫੈਸਲਾ ਲੈਣਾ ਪਵੇ। ਇਹ ਸਿੰਘ ਸਾਹਿਬਾਨਾਂ ਨੂੰ ਗੁਰੂ ਸਾਹਿਬ ਨੇ ਹੱਕ ਦਿੱਤਾ। ਤਖ਼ਤ ਦੀ ਇੱਕ ਮੋਹਰ ਹੁੰਦੀ ਹੈ ਜਿੱਥੋਂ ਉਹ ਹੁਕਮਨਾਮੇ ਜਾਰੀ ਕਰ ਸਕਦੇ ਹਨ। ਅੱਜ ਕੀ ਹੋ ਰਿਹਾ, ਇੱਕ ਵੱਡੇ ਲੈਵਲ ਦੇ ਉੱਤੇ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਕਿ ਕਿਸੇ ਤਰੀਕੇ ਇਹ ਤਖ਼ਤਾਂ ਦੀ ਕਦਰ ਕੀਮਤ ਘਟਾਈ ਜਾਵੇ। ਸਿੱਖ ਨੂੰ ਹੁਕਮ ਹੈ, ਉਹ ਜਦੋਂ ਇੱਥੇ ਆਵੇ ਅਰਦਾਸ ਜ਼ਰੂਰ ਕਰੇ, ਦੇਗ ਕਰੇ। ਔਰ ਤਖ਼ਤ ਦੇ ਉੱਤੇ ਇੱਕ ਹੋਰ ਜਿਹੜਾ ਵਾ ਮਰਿਆਦਾ ਹੁੰਦੀ ਹੈ, ਸੰਗਤ ਜੀ ਤੁਸੀਂ ਅਨੰਦਪੁਰ ਸਾਹਿਬ ਜਾਓ, ਉੱਥੇ ਵੀ ਲਿਖਿਆ ਹੋਇਆ ਵਾ ਤਖ਼ਤ ਦੇ ਉੱਤੇ ਸਿਰਫ ਗੁਰਸਿੱਖ ਦੀ ਅਰਦਾਸ ਹੋ ਸਕਦੀ ਹੈ।
ਜਾਂ ਫਿਰ ਕੋਈ ਹੋਰ ਧਰਮ ਦਾ ਹੋਵੇ ਉਹ ਕਰਾ ਸਕਦਾ, ਪਰ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਜਿਹੜਾ ਪਤਿਤ ਆ ਉਹਦੀ ਅਰਦਾਸ ਤਖ਼ਤ 'ਤੇ ਨਹੀਂ ਹੋ ਸਕਦੀ। ਅਤੇ ਜੇ ਅੱਜ ਅਸੀਂ ਕਰ ਰਹੇ ਹਾਂ ਤਾਂ ਇਹ ਗੁਰੂ ਸਾਹਿਬ ਦੇ ਹੁਕਮ ਤੋਂ ਬਾਹਰੀਆਂ ਗੱਲਾਂ ਹਨ। ਗੁਰੂ ਸਾਹਿਬ ਸਾਨੂੰ ਮਾਫ਼ ਕਰਨ, ਜੋ ਉਸ ਆਪ ਜੀ ਦੇ ਨਾਲ ਜਾਣਕਾਰੀ ਸੀ ਸਾਂਝ ਪਾਈ ਹੈ, ਹੋਈਆਂ ਭੁੱਲਾਂ ਦੀ ਮੁਆਫ਼ੀ ਜੀ। ਵੀਡੀਓ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।